ਲੱਦਾਖ ਦੇ ਜੇ ਉਹਨੂੰ ਯੂਟੀ ਬਣਾ ਕੇ ਉੱਥੇ ਡਿਵੈਲਪਮੈਂਟ ਹੁੰਦੀ ਆ ਤਾਂ ਬਹੁਤ ਹੀ ਐਪਰੀਸ਼ੀਏਬਲ ਡਿਸੀਜ਼ਨ ਆ ਲੱਦਾਖ ਦੇ ਪੁਆਇੰਟ ਆਫ ਵਿਊ ਤੋਂ। ਜੰਮੂ ਦੇ ਪੁਆਇੰਟ ਆਫ ਜੰਮੂ ਅਤੇ ਕਸ਼ਮੀਰ ਨੂੰ ਜਿਹੜਾ ਯੂਟੀ ਬਣਾ ਕੇ ਇਹਨਾਂ ਨੇ ਬੋਲਿਆ ਕਿ ਟੈਂਪਰੇਰੀ ਬਣਾਇਆ ਜਾਏਗਾ, ਯੂਟੀ ਬਣਾਇਆ ਜਾਂਦਾ ਆ, ਪਰ ਗੱਲ ਇਹ ਟੈਂਪਰੇਰੀ ਕਿੰਨੀ ਦੇਰ ਲਈ ਬਣਾਇਆ ਜਾਊਗਾ। ਕਿ ਕੱਲ੍ਹ ਜੋ ਡਿਸੀਜ਼ਨ ਹੋਇਆ ਬਹੁਤ ਸਾਰੇ ਜਿਹੜੇ ਲੋਕ ਆ, ਮੈਂ ਪੰਜਾਬੀ 'ਚ ਇਸ ਲਈ ਬੋਲੀ ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਚਲੋ ਸਾਰੀਆਂ ਚੀਜ਼ਾਂ ਪਤਾ ਲੱਗ ਹੀ ਰਹੀਆਂ ਨੇ। ਸੋ ਇਹ ਮੈਸੇਜ ਅਤੇ ਸੁਨੇਹਾ ਮੇਰਾ, ਕਿਉਂਕਿ ਮੈਂ ਪੰਜਾਬ ਦੀ ਹਾਂ, ਮੇਰੇ ਪੰਜਾਬੀ ਵੀਰਾਂ ਭੈਣਾਂ ਮਾਵਾਂ ਸਾਰਿਆਂ ਲਈ ਆ, ਕਿ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਬੋਲਣਾ ਚਾਹੁੰਦੀ ਹਾਂ ਇਹ ਚੀਜ਼ ਆ ਕਿ ਜੋ ਵੀ ਕਸ਼ਮੀਰ ਦੇ ਵਿੱਚ ਹੋਇਆ ਜਾਂ ਜੋ ਵੀ ਹੋ ਰਿਹਾ ਆ ਉਸ ਚੀਜ਼ ਦੇ ਉੱਤੇ ਆਪਣੀਆਂ ਸਲਾਹਾਂ ਦੇਣੀਆਂ ਜਾਂ ਇਹ ਹੋਇਆ ਉਹ ਹੋਇਆ ਉਸ ਚੀਜ਼ ਦੇ ਅਸੀਂ ਹੱਕਦਾਰ ਨਹੀਂ ਹੈਗੇ, ਕਿਉਂਕਿ ਉਹ ਕਸ਼ਮੀਰੀਆਂ ਦਾ ਹੱਕ ਆ। ਸਾਨੂੰ ਸਾਡੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਸਾਨੂੰ ਮਤਲਬ ਗੱਲ ਕਰਨੀ ਪੈਂਦੀ ਆ। ਸੋ ਸਭ ਤੋਂ ਪਹਿਲਾਂ ਮੈਂ ਪੰਜਾਬੀ ਕੀ ਹੋਰ ਵੀ ਭਾਰਤੀ ਬਾਕੀ ਪੂਰੀ ਇਹਦੇ ਫੈਕਟਸ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੈਂ ਕਾਫੀ ਦੇਰ ਤੋਂ ਟ੍ਰੋਲਸ ਦੇਖ ਰਹੀ ਹਾਂ, ਕੋਈ ਸੈਲੀਬ੍ਰੇਸ਼ਨ ਚੱਲ ਰਹੀ ਆ ਵੀ ਜਿਵੇਂ ਇੰਡੀਆ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੁੰਦੀ ਆ। ਮੈਂ ਬਾਕੀ ਚੀਜ਼ਾਂ ਦੇ ਬਾਅਦ ਵਿੱਚ ਆਊਂਗੀ ਕਿ ਇਹਦੇ ਕੀ ਆ ਫਾਇਦਾ। ਚਲੋ ਠੀਕ ਆ, ਇੱਕ ਚੀਜ਼ ਮੈਂ ਕਲੀਅਰ ਕਰ ਦਿੰਦੀ ਹਾਂ ਕਿ ਜੇ ਇਸ ਡਿਸੀਜ਼ਨ ਇੰਨੇ ਸਾਲਾਂ ਤੋਂ ਉੱਥੇ ਲੋਕਾਂ ਦਾ ਜੋ ਘਾਣ ਹੋ ਰਿਹਾ ਆ, ਠੀਕ, ਜੇ ਜਿਹੜੇ ਉੱਥੋਂ ਆਪਣੇ 60,000 ਫੈਮਲੀਜ਼ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਜਿਵੇਂ ਵੀ ਚਾਹੇ ਉਹਨਾਂ ਵਿੱਚ ਹਿੰਦੂ ਅਤੇ ਸਿੱਖ ਦੋਨੋਂ ਫੈਮਲੀ ਸੀਗੀਆਂ, 60,000 ਫੈਮਲੀਜ਼, 8-10 lakh ਦੇ ਨੇੜੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਘਰਾਂ 'ਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ ਸੀਗਾ ਕਾਫਰ ਬੋਲ ਕੇ ਜਾਂ ਜਿਹੜੀ ਵੀ ਚੀਜ਼ਾਂ ਕਰਕੇ। ਸੋ ਉਹਨਾਂ ਦਾ ਜੇ ਮੁੜ ਬਸੇਰਾ ਹੋਊਗਾ ਅਤੇ ਕਸ਼ਮੀਰ ਦੇ ਵਿੱਚ ਦੁਬਾਰਾ ਸ਼ਾਂਤੀ ਆ ਸਕਦੀ ਆ, ਠੀਕ, ਤਾਂ ਉਸ ਚੀਜ਼ ਵੱਲੋਂ ਜੋ ਇਹ ਚੀਜ਼ਾਂ ਫਿਊਚਰ ਦੱਸੂਗਾ ਕਿ ਹੋਈਆਂ ਕੀ ਨਹੀਂ ਹੋਈਆਂ, ਕਿ ਇਹ ਇੱਕ ਡਿਕਟੇਟਰਸ਼ਿਪ ਆ ਜਾਂ ਬਾਕੀ ਇਸ ਚੀਜ਼ ਦੇ ਨਾਲ ਉੱਥੇ ਡਿਵੈਲਪਮੈਂਟ ਅਤੇ ਪੀਸ ਗਈ ਆ। ਜੇ ਇਸ ਚੀਜ਼ ਦਾ ਡਿਸੀਜ਼ਨ ਆ ਤਾਂ ਉਸ ਡਿਸੀਜ਼ਨ ਦਾ ਆਪਾਂ ਸਵਾਗਤ ਵੀ ਕਰਦੇ ਹਾਂ ਅਤੇ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਇਹ ਚੀਜ਼ਾਂ ਹੋਣ। ਪਰ ਇਸ ਚੀਜ਼ ਬਾਰੇ ਆਪਾਂ ਨੂੰ ਆਪਣੇ ਕਮੈਂਟ ਦੇਣ ਦਾ, ਮਜ਼ਾਕ ਕਰਨ ਦਾ, ਜਸ਼ਨ ਮਨਾਉਣ ਦਾ ਮੌਕਾ ਨਹੀਂ ਹੈਗਾ। ਬਹੁਤ ਸੈਂਸਿਟਿਵ ਮੈਟਰ ਆ, ਤੁਸੀਂ ਸੋਚ ਕੇ ਦੇਖੋ ਜਦੋਂ ਸਾਨੂੰ ਸਾਡੇ ਘਰਾਂ 'ਚ ਬੰਦ ਕਰ ਦਿੱਤਾ ਜਾਵੇ ਜਾਂ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਾਂ ਅਤੇ ਸਾਡੇ ਤੋਂ ਪੰਜਾਬੀ ਕਹਾਉਣ ਦਾ ਹੱਕ ਖੋਲਿਆ ਜਾਵੇ ਤਾਂ ਸਾਨੂੰ ਕਿਹੋ ਜਿਹਾ ਮਹਿਸੂਸ ਹੋਊਗਾ। ਜੇ ਇੱਕ ਡਿਕਟੇਟਰਸ਼ਿਪ ਦਾ ਡਿਸੀਜ਼ਨ ਆ, ਮੈਂ ਕਾਨੂੰਨ ਦੇ ਆਸਪੈਕਟ ਨੂੰ ਬਾਅਦ ਵਿੱਚ ਕਵਰ ਕਰਦੀ ਹਾਂ, ਜੇ ਇੱਕ ਡਿਕਟੇਟਰਸ਼ਿਪ ਦਾ ਡਿਸੀਜ਼ਨ ਆ ਤਾਂ ਤੁਸੀਂ ਇਹ ਚੀਜ਼ ਸੋਚ ਲਓ ਕਿ ਜੇ ਅੱਜ ਉੱਥੇ ਹੋਇਆ ਆ ਤਾਂ ਕੱਲ੍ਹ ਨੂੰ ਪੰਜਾਬ, ਮਤਲਬ ਜੇ ਹਿੰਦੂ ਰਾਸ਼ਟਰਵਾਦ ਵੱਲ ਦਾ ਮਤਲਬ ਇੱਕ ਸਟੈਪ ਆ ਤਾਂ ਬੰਗਾਲੀ, ਪੰਜਾਬੀ, ਦਰਾਵੜਨ, ਚਾਹੇ ਉਹ ਤਾਮਿਲ ਆ, ਠੀਕ ਆ, ਚਾਹੇ ਉਹ ਤੇਲਗੂ ਬੋਲਣ ਵਾਲੇ ਆ, ਚਾਹੇ ਉਹ ਮਰਾਠੇ ਨੇ ਜਾਂ ਜਿਹੜੇ ਵੀ ਆ, ਉਹਨਾਂ ਦੇ ਨਾਲ ਵੀ ਕਦੋਂ ਕੀ ਕੁਛ ਹੋ ਸਕਦਾ ਆ, ਫਿਰ ਮਤਲਬ ਉਸ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਸਾਨੂੰ ਜਦੋਂ ਸਾਡੇ ਘਰਾਂ 'ਚੋਂ ਕੱਢਿਆ ਜਾਊਗਾ ਉਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਊਗੀ। ਪਰ ਜੇ ਡਿਵੈਲਪਮੈਂਟ ਨੂੰ ਦੇਖ ਕੇ ਆ ਤਾਂ ਮੈਂ ਇਸ ਡਿਸੀਜ਼ਨ ਦਾ, ਕਿਉਂਕਿ ਆਪਾਂ ਜੇ ਦੇਖੀਏ ਲੱਦਾਖ ਦੇ ਲਈ ਜੋ ਡਿਸੀਜ਼ਨ ਲਿਆ ਗਿਆ ਉਹ ਐਬਸੋਲੂਟਲੀ ਰਾਈਟ ਡਿਸੀਜ਼ਨ ਆ। ਲੱਦਾਖ ਦੇ ਵਿੱਚ ਜੇ ਆਪਾਂ 2019 ਵਾਲੀ ਇਹ ਹੋਣ ਵਾਲੀ ਜਿਹੜੀ ਲੋਕ ਸਭਾ ਹੈ ਉਹਦੀ ਵੋਟਿੰਗ ਵੀ ਦੇਖੀਏ, 72% ਤੋਂ ਵੱਧ ਸੀ, 70% ਤੋਂ ਵੱਧ ਟਰਨ ਆਊਟ ਸੀਗਾ ਵੋਟਾਂ ਦਾ। ਸੋ ਉੱਥੇ ਦੇ ਲੋਕ, ਉੱਥੇ ਦੇ ਲੋਕ ਚਾਹੁੰਦੇ ਸੀਗੇ, ਕਿਉਂਕਿ ਉਹ ਹਮੇਸ਼ਾ ਨਿਗਲੈਕਟ ਹੁੰਦਾ ਰਿਹਾ ਆ ਏਰੀਆ ਲੱਦਾਖ ਦੇ, ਜੇ ਉਹਨੂੰ ਯੂਟੀ ਬਣਾ ਕੇ ਉੱਥੇ ਡਿਵੈਲਪਮੈਂਟ ਹੁੰਦੀ ਆ ਤਾਂ ਬਹੁਤ ਹੀ ਐਪਰੀਸ਼ੀਏਬਲ ਡਿਸੀਜ਼ਨ ਆ ਲੱਦਾਖ ਦੇ ਪੁਆਇੰਟ ਆਫ ਵਿਊ ਤੋਂ, ਠੀਕ। ਜੰਮੂ ਦੇ ਪੁਆਇੰਟ ਆਫ ਜੰਮੂ ਅਤੇ ਕਸ਼ਮੀਰ ਨੂੰ ਜਿਹੜਾ ਯੂਟੀ ਬਣਾ ਕੇ ਇਹਨਾਂ ਨੇ ਬੋਲਿਆ ਕਿ ਟੈਂਪਰੇਰੀ ਬਣਾਇਆ ਜਾਏਗਾ, ਯੂਟੀ ਬਣਾਇਆ ਜਾਂਦਾ ਆ, ਪਰ ਗੱਲ ਇਹ ਟੈਂਪਰੇਰੀ ਕਿੰਨੀ ਦੇਰ ਲਈ ਬਣਾਇਆ ਜਾਊਗਾ। ਰਿਜ਼ਰਵੇਸ਼ਨ ਵੀ ਟੈਂਪਰੇਰੀ ਪੀਰੀਅਡ ਲਈ ਕੀਤੀ ਗਈ ਸੀ, 10 ਸਾਲਾਂ ਲਈ ਰਿਜ਼ਰਵੇਸ਼ਨ ਦਾ ਪ੍ਰੋਮਿਸ ਕੀਤਾ ਗਿਆ ਸੀ ਪਰ ਅੱਜ ਤੱਕ ਰਿਜ਼ਰਵੇਸ਼ਨ ਚੱਲ ਰਹੀ ਆ। ਪਰ ਕਿਤੇ ਇਹ ਟੈਂਪਰੇਰੀ ਬੋਲਿਆ ਗਿਆ ਜਿਹਦਾ ਕੋਈ ਪੀਰੀਅਡ ਨਹੀਂ ਦੱਸਿਆ ਗਿਆ, ਕਿਤੇ ਉਹੀ ਗੱਲਾਂ ਨਾ ਗੱਲਾਂ ਬਣ ਕੇ ਨਾ ਰਹਿ ਜਾਣ। ਅਤੇ ਕਿੱਥੇ ਕਸ਼ਮੀਰ ਦੇ ਸਿਟੀਜ਼ਨ ਅਖਾਇਆ ਜਾਂਦਾ ਸੀ, ਕਿੱਥੇ ਉਹਨਾਂ ਦਾ ਆਪਣਾ ਕਾਨੂੰਨ ਹੁੰਦਾ ਸੀ। ਚੰਗੀ ਗੱਲ ਆ ਕਿ ਉੱਥੇ ਸਾਡੇ ਕਾਨੂੰਨ ਜਿਹੜੇ ਆ ਲਾਗੂ ਹੋਣਗੇ, ਉੱਥੇ ਮਾਈਨੋਰਿਟੀ ਕਮਿਸ਼ਨ ਬਣੂਗਾ, ਉੱਥੇ ਐਸ ਸੀ ਕਮਿਸ਼ਨ, ਜਿਹੜੀ ਟ੍ਰਾਈਬਸ ਨੇ ਜਾਂ ਮਾਈਨੋਰਿਟੀਜ਼ ਨੇ ਉਹਨਾਂ ਦੀ ਵੀ ਉੱਥੇ ਜਿਹੜੀ ਆ ਸੁਰੱਖਿਆ ਹੋਊਗੀ। ਉਸ ਪੁਆਇੰਟ ਆਫ ਵਿਊ ਤੋਂ ਦੈਟ ਇਜ਼ ਅ ਵੈਰੀ ਗੁੱਡ ਡਿਸੀਜ਼ਨ ਕਿ ਉੱਥੇ ਉਹ ਚੀਜ਼ਾਂ ਵੀ ਜਾਣਗੀਆਂ, ਠੀਕ। ਪਰ ਜੇ ਕਿਤੇ ਉਹ ਸਿਰਫ ਯੂਟੀ ਬਣ ਕੇ ਰਹਿ ਗਿਆ ਤਾਂ ਇਹ ਸਾਡਾ ਜਿਹੜਾ ਬੇਸਿਕ ਸਟਰਕਚਰ ਆ ਇੰਡੀਆ ਦਾ, ਫੈਡਰਲ ਸਟਰਕਚਰ ਜਿਹਨੂੰ ਬੋਲਦੇ ਆ, ਜਿਹੜੀ ਇਹ ਇੰਡੀਆ ਆ ਇਹਦਾ ਨਾਮ ਵੀ ਕੀ ਆ, ਯੂਨੀਅਨ ਆਫ ਇੰਡੀਆ, ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਯੂਨੀਅਨ, ਮਤਲਬ ਡਿਫਰੈਂਟ ਡਿਫਰੈਂਟ ਸਟੇਟਸ ਦੀ ਯੂਨੀਅਨ ਆ ਇਹ। ਇਹਨੂੰ
ਇੱਕ ਸਟਰੋਂਗ ਸੈਂਟਰ ਵੱਲ ਨੂੰ ਲਿਜਾਇਆ ਜਾ ਰਿਹਾ, ਜੋ ਕਿ ਗਲਤ ਚੀਜ਼ ਹੈ। ਉਹ ਸਾਡਾ ਬੇਸਿਕ ਸਟਰਕਚਰ ਆ ਜਿਹੜਾ ਕੰਸਟੀਟਿਊਸ਼ਨ ਦਾ, ਉਹਦੀ ਜਿਹੜੀ ਹੈਗੀ ਆ ਉਲੰਘਣਾ ਕੀਤੀ ਗਈ ਆ। ਹੁਣ ਮੈਂ ਆਉਂਦੀ ਹਾਂ ਕਾਨੂੰਨ ਆਸਪੈਕਟ 'ਤੇ, ਜਿਹੜਾ ਦੱਸਣਾ ਬਹੁਤ ਜ਼ਰੂਰੀ ਆ। ਲੋਕਾਂ ਨੂੰ ਪਤਾ ਹੀ ਨਹੀਂ 370 ਬੇਸਿਕਲੀ ਕੀ ਆ। ਜਦੋਂ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਗਏ ਤਾਂ ਉਸ ਸਮੇਂ ਆਜ਼ਾਦੀ ਦਿੱਤੀ ਗਈ ਕਿ ਜਿੰਨੀਆਂ ਪ੍ਰਿੰਸਲੀ ਸਟੇਟਸ ਨੇ ਉਹ ਆਪਣਾ ਦੇਸ਼ ਬਣਾ ਸਕਦੀਆਂ ਨੇ। ਪੰਜਾਬ ਨੂੰ ਵੀ ਮੌਕਾ ਦਿੱਤਾ ਗਿਆ ਕਿ ਸਿੱਖ ਆਪਣਾ ਅਲੱਗ ਹੋਮਲੈਂਡ ਬਣਾ ਸਕਦੇ ਆ। ਚਲੋ ਸਿੱਖਾਂ ਨੇ ਨਹੀਂ। ਅਤੇ ਇਹ ਜਿਹੜਾ ਕਸ਼ਮੀਰ ਸੀਗਾ, ਇਹਦਾ ਰਾਜਾ ਸੀ ਹਰੀ ਸਿੰਘ, ਅਤੇ ਫਾਰੂਕ ਅਬਦੁੱਲਾ ਦੇ ਫਾਦਰ ਸਾਹਿਬ ਸੀ ਸ਼ੇਖ ਅਬਦੁੱਲਾ, ਉਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਸੀਗੇ। ਤਾਂ ਉਹਨਾਂ ਨੇ ਡਿਸੀਜ਼ਨ ਲਿਆ ਸੀ ਕਿ ਨਾ ਅਸੀਂ ਪਾਕਿਸਤਾਨ ਨਾਲ ਜਾਣਾ ਆ, ਨਾ ਅਸੀਂ ਇੰਡੀਆ ਨਾਲ ਆਉਣਾ ਆ, ਅਸੀਂ ਆਪਣਾ ਅਲੱਗ ਦੇਸ਼ ਰੱਖਣਾ ਆ। ਉਹਨਾਂ ਨੇ ਅਲੱਗ ਦੇਸ਼ ਬਣਾਇਆ। ਇਹਨਾਂ ਦੇ ਰਿਲੇਸ਼ਨ ਚੰਗੇ ਸੀ ਮਿਸਟਰ ਨਹਿਰੂ ਦੇ ਨਾਲ। ਉੱਧਰ ਅਟੈਕ ਹੋ ਗਿਆ ਕਸ਼ਮੀਰ ਦੇ ਉੱਤੇ, ਅਤੇ ਇਹਨਾਂ ਨੇ ਹੈਲਪ ਲਈ ਸੀ ਇੰਡੀਆ ਤੋਂ ਆ ਕੇ, ਅਤੇ ਹੈਲਪ ਦੇ ਵਿੱਚ ਉਹ ਜੋ ਸਾਈਨ ਹੋਏ ਸੀਗੇ ਉਹਦੇ ਵਿੱਚ ਕਲੀਅਰ ਸੀਗਾ ਕਿ ਤਿੰਨ ਆਰਟੀਕਲ 70 ਵੀ ਜਿਹੜੀ ਚੀਜ਼ ਦੀ ਗੱਲ ਕਰ ਕਿ ਤਿੰਨ ਚੀਜ਼ਾਂ, ਸੰਚਾਰ, ਫੋਰਨ ਅਫੇਅਰ ਅਤੇ ਆਪਣਾ ਕਮਿਊਨੀਕੇਸ਼ਨ, ਇਹ ਨਹੀਂ ਸੋਰੀ ਫੋਰਨ ਅਫੇਅਰ, ਆਪਣਾ ਡਿਫੈਂਸ ਅਤੇ ਸੰਚਾਰ ਦੇ ਸਾਧਨ ਆ ਜਿਹੜੇ, ਇਹਨਾਂ ਦੇ ਉੱਤੇ ਸਿਰਫ ਜਿਹੜੀ ਹੈਗੀ ਆ ਸੈਂਟਰ ਆ ਇਹਦੇ 'ਤੇ ਲਾਅ ਬਣਾ ਸਕਦੀ ਹੈ। ਅਦਰਵਾਈਜ਼ ਉੱਥੇ ਇੰਡੀਆ ਦਾ ਕੋਈ ਵੀ ਲਾਅ ਲਾਗੂ ਨਹੀਂ ਹੋਊਗਾ। ਕਿਉਂ? ਕਿਉਂਕਿ ਉਹ ਇੱਕ ਸਪੈਸ਼ਲ ਸਟੇਟਸ ਆ, ਕਿਉਂਕਿ ਉਹ ਇੱਕ ਅਲੱਗ ਦੇਸ਼ ਸੀ ਜੋ ਬਾਅਦ ਵਿੱਚ ਸਾਡੇ ਨਾਲ ਜੁੜਿਆ। ਇਹ ਸੇਮ ਸਿਚੁਏਸ਼ਨ ਹੈਗੀ ਆ, 7 ਸਿਸਟਰਸ ਹੈਗੀਆਂ ਨੇ, ਉਹਨਾਂ ਦੀ ਵੀ ਉਹੀ ਆ। ਗੋਆ ਵੀ ਸਾਡੇ ਨਾਲ ਬਾਅਦ ਵਿੱਚ ਆ ਕੇ ਜੁੜਦਾ, ਚਲੋ ਉਹ ਮੈਟਰ ਨਹੀਂ ਗਿਆ ਇਸ ਟਾਈਮ ਡਿਸਕਸ਼ਨ ਦਾ। ਅਤੇ ਉਹਦੇ ਵਿੱਚ ਕਲੀਅਰ ਆ ਕਿ ਜਿਹੜਾ ਉਹਦਾ ਕਲੋਜ਼ 3 ਆ ਮੇਹਿਆ, ਉਹ ਬੋਲਦਾ ਕਿ ਪ੍ਰੈਜ਼ੀਡੈਂਟ ਵਿਦ ਦੀ ਪਬਲਿਕ ਨੋਟੀਫਿਕੇਸ਼ਨ ਕਦੇ ਵੀ 370 ਨੂੰ ਖਤਮ ਕਰ ਸਕਦਾ ਆ। ਪਰ ਉਸ ਚੀਜ਼ ਦੇ ਲਈ ਜਿਹੜੀ ਉੱਥੇ ਦੀ ਗੌਰਮੈਂਟ ਆ, ਜਿਹੜੀ ਉੱਥੇ ਦੀ ਲੈਜਿਸਲੇਟਿਵ ਅਸੈਂਬਲੀ ਆ, ਉਹ ਲੈਜਿਸਲੇਟਿਵ ਅਸੈਂਬਲੀ ਨੂੰ ਕੰਸਟੀਟਿਊਂਟ ਅਸੈਂਬਲੀ ਬੋਲਿਆ ਜਾਂਦਾ, ਸੰਵਿਧਾਨ ਸਭਾ, ਉਹਦੀ ਜਿਹੜੀ ਆ ਉਹਦੇ ਵੱਲੋਂ ਰੈਕਮੈਂਡੇਸ਼ਨ ਹੋਣੀ ਚਾਹੀਦੀ ਆ। 2018 ਤੋਂ ਹੁਣ ਤੱਕ ਉੱਥੇ ਦੀ ਜਿਹੜੀ ਸੰਵਿਧਾਨ ਸਭਾ ਆ ਉਹ ਭੰਗ ਹੋਈ ਹੋਈ ਆ। ਉੱਥੇ ਪ੍ਰੈਜ਼ੀਡੈਂਟ ਰੂਲ ਆ, ਉਹ ਵੀ ਡਿਕਟੇਟਰਸ਼ਿਪ ਦਾ ਹੀ ਆ, ਕਿਉਂਕਿ ਉੱਥੇ ਇੰਨੀ ਦੇਰ ਤੱਕ ਕਿਤੇ ਵੀ ਪ੍ਰੈਜ਼ੀਡੈਂਟ ਰੂਲ ਚੱਲ ਨਹੀਂ ਸਕਦਾ, ਐਮਰਜੈਂਸੀ ਦੀ ਸਿਚੁਏਸ਼ਨ ਆ। ਹੁਣ ਉਹਨਾਂ ਨੇ ਜਿਹੜੀ ਬੀਜੇਪੀ ਗੌਰਮੈਂਟ ਆ ਉਹਨੇ ਬੜੇ ਟੈਕਨੀਕਲ ਤਰੀਕੇ ਨਾਲ ਲਾਅ ਨੂੰ ਅਬਿਊਸ ਵੀ ਕੀਤਾ ਅਤੇ ਕਵਰ ਵੀ ਕਰ ਲਿਆ ਨਾਲ ਦੀ ਨਾਲ। ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਅਤੇ ਪ੍ਰੋਵਾਈਜ਼ੋ ਦੇ ਉਹਦੇ ਵਿੱਚ ਲਿਖਿਆ ਕਿ ਸਰਕਾਰ ਦਾ ਮਤਲਬ ਉਸ ਸਮੇਂ, ਮਤਲਬ ਗਵਰਨਰ ਵੀ ਹੋ ਸਕਦਾ ਜਿਹਦੇ ਕੋਲ ਡਿਸੀਜ਼ਨ ਲੈਣ ਦੀ ਪਾਵਰ ਆ। ਹੁਣ ਉਸ ਹਿਸਾਬ ਦੇ ਨਾਲ ਉੱਥੇ ਦਾ ਜਿਹੜਾ ਗਵਰਨਰ ਆ ਉਹ ਉੱਥੇ ਦੀ ਸਰਕਾਰ ਆ। ਸੋ ਉਹਨਾਂ ਨੇ ਲੀਗਲ ਆਸਪੈਕਟ ਵੀ ਕਵਰ ਕਰ ਲਿਆ। ਹੁਣ 370 ਨੂੰ ਛੱਡੋ, ਜਦੋਂ ਕੋਈ ਨਵਾਂ ਸਟੇਟ ਜਾਂ ਯੂਨੀਅਨ ਟੈਰੀਟਰੀ ਬਣਾਇਆ, ਬਣਾਉਣ ਦੀ ਜਿਹੜੀ ਪ੍ਰੋਵੀਜ਼ਨ ਆ ਕੰਸਟੀਟਿਊਸ਼ਨ ਦਾ ਆਰਟੀਕਲ 3 ਦਿੰਦਾ ਆ, ਉਹਦੀ ਵੀ ਇਹ ਕਲੀਅਰ ਕੱਟ ਜੇ ਦੇਖਿਆ ਜਾਵੇ ਵਾਇਲੇਸ਼ਨ ਆ ਮੋਰਲ ਵੈਲਿਊਸ ਦੇ ਉੱਤੇ ਆਪਾਂ ਆਸਪੈਕਟ ਤੋਂ ਦੇਖੀਏ। ਪਰ ਇਹਨਾਂ ਨੇ ਟੈਕਨੀਕਲ ਆਸਪੈਕਟ ਫਿਰ ਵੀ ਉਹ ਕਵਰ ਕਰ ਲਏ ਨੇ। ਕਿਵੇਂ ਕਵਰ ਕਰ ਲਏ? ਉਹਦੇ ਵਿੱਚ ਵੀ ਫਿਰ ਉਹੀ ਚੀਜ਼ ਆਉਂਦੀ ਆ ਕਿ ਪ੍ਰੈਜ਼ੀਡੈਂਟ ਹੈਜ਼ ਅਥੋਰਿਟੀ, ਪ੍ਰੈਜ਼ੀਡੈਂਟ ਕੋਲ ਪਾਵਰ ਆ, ਉਹ ਪਬਲਿਕ ਨੋਟੀਫਿਕੇਸ਼ਨ ਦੇ ਨਾਲ ਇਹਦੇ ਵਿੱਚ ਚੇਂਜਸ ਕਰ ਸਕਦਾ ਆ। ਕਿਸੇ ਵੀ ਸਟੇਟ ਦੀ ਬਾਉਂਡਰੀਜ਼ ਨੂੰ ਰੀਡਿਫਾਈਨ ਕੀਤਾ ਜਾ ਸਕਦਾ, ਕਿਸੇ ਸਟੇਟ ਨੂੰ ਯੂਟੀ ਬਣਾਇਆ ਜਾ ਸਕਦਾ ਜਾਂ ਯੂਟੀ ਨੂੰ ਸਟੇਟ ਬਣਾਇਆ ਜਾ ਸਕਦਾ ਵਿਦ ਦੀ ਰਿਕਮੈਂਡੇਸ਼ਨ ਆਫ ਲੈਜਿਸਲੇਚਰ, ਸਟੇਟ ਲੈਜਿਸਲੇਚਰ। ਇੱਥੇ ਸਟੇਟ ਲੈਜਿਸਲੇਚਰ ਭੰਗ ਹੋਇਆ ਹੋਇਆ ਸੀ, ਗਵਰਨਰ ਕੋਲ ਪਾਵਰ ਸੀ। ਸੋ ਗਵਰਨਰ ਦੀ ਜਿਹੜੀ ਪਾਵਰ ਆ ਉਹ ਇਹਨਾਂ ਇਹਦੀ ਰਿਕਮੈਂਡੇਸ਼ਨ, ਕਿਉਂ? ਕਿਉਂਕਿ ਅਥਾਰਿਟੀ ਗਵਰਨਮੈਂਟ ਕੋਲ ਆ। ਅਤੇ ਇਹ ਵੀ ਆ ਕਿ ਉਸ ਸਮੇਂ ਜਦੋਂ ਐਮਰਜੈਂਸੀ ਪ੍ਰੋਵੀਜ਼ਨਸ ਹੁੰਦੀਆਂ, ਕਿਤੇ ਸਿਚੁਏਸ਼ਨ ਹੁੰਦੀ ਆ, ਤਾਂ ਉਸ ਸਮੇਂ ਉਸ ਦੇਸ਼ ਦੀ ਸਟੇਟ ਦੀ ਜਿਹੜੀ ਲੈਜਿਸਲੇਚਰ ਉਹਨੂੰ ਪਾਰਲੀਮੈਂਟ ਨੂੰ ਹੀ ਸਮਝਿਆ ਜਾਂਦਾ। ਸੋ ਉਹਨਾਂ ਨੇ ਟੈਕਨੀਕਲੀ ਲਾਅ ਦੀ ਉਹ ਚੀਜ਼ਾਂ ਪੂਰੀਆਂ ਕਰ ਲਈਆਂ, ਪਰ ਫਿਰ ਉਹ ਪਿੱਛੇ ਵਾਲੇ ਆਸਪੈਕਟ 'ਤੇ ਆਉਂਦੀਆਂ ਜਿਹੜਾ ਹਰੀ ਸਿੰਘ ਨੇ ਪ੍ਰੋਮਿਸ ਕੀਤਾ ਸੀਗਾ। ਅਤੇ ਉਹ ਗੱਲ ਇਹ ਹੋਈ ਸੀਗੀ, UNO 'ਚੋਂ ਵੀ ਇੰਨੀ ਦੇਰ ਤੋਂ ਸਾਡਾ ਮੁੱਦਾ ਇਹ ਚੱਲ ਰਿਹਾ ਆ ਕਿ ਕਸ਼ਮੀਰ ਦੇ ਲੋਕਾਂ ਦੀ ਪਲੈਬੀਸਾਈਡ ਕਰਾ ਕੇ, ਪਲੈਬੀਸਾਈਡ ਹੁੰਦੀ ਹੈ ਜੀ ਉਹਨਾਂ ਨੂੰ ਵੋਟਾਂ, ਜਿਵੇਂ ਆਪਾਂ ਰੈਫਰੈਂਡਮ ਦੀ ਗੱਲ, ਉਹਨਾਂ ਦੀਆਂ ਵੋਟਾਂ ਕਰਾ ਕੇ ਉਹਨਾਂ ਤੋਂ ਪੁੱਛਿਆ ਜਾਊਗਾ ਕਿ ਉਹ ਕਿਸ ਨਾਲ ਜਾਣਾ ਚਾਹੁੰਦੇ ਨੇ ਜਾਂ ਉਹ ਕੀ ਚਾਹੁੰਦੇ ਨੇ। ਉਹ ਅਲੱਗ ਰਹਿਣਾ ਚਾਹੁੰਦੇ ਨੇ, ਉਹ ਇੰਡੀਆ ਨਾਲ ਆਉਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਨਾਲ ਆਉਣਾ ਚਾਹੁੰਦੇ ਨੇ। ਸੋ ਪਰ ਉੱਥੇ ਕੋਈ ਵੋਟਿੰਗ ਨਹੀਂ ਹੋਈ, ਉੱਥੇ ਦੇ ਲੋਕਾਂ ਨੂੰ ਪੁੱਛਿਆ ਨਹੀਂ ਗਿਆ। ਜੇ ਆਪਾਂ ਵੋਟਾਂ ਦਾ ਸੈਨਾਰੀਓ ਵੀ ਦੇਖ ਲਈਏ, ਜੇ
2019 वाला ही आपां देख लैने आ लोक सभा दे विच उहनां दी रिप्रेजेंटेशन तां है ही नहीं गी। टोटल लोक सभा सीटां हैगियां ने 6 उहनां दीआं उत्थे, ठीक 6 दे विचों 3 सीटां ने जिहड़ियां इस चीज़ दे उत्ते अनंतनाग वाली होगी एक, मतलब तुसी ये हिसाब ला लो कि जिहड़ी वैली वाला एरिया आ उहदीआं जिहड़ियां सीट्स ने उत्थे जिहड़ी वोटिंग टर्नआउट आ 30% तो भी थले आ। 30% तो भी वोटिंग जिहड़ा टर्नआउट आ, क्यों? क्योंकि वोटां दा बायकाट हुंदा उत्थे। वोटां दा बायकाट आ मतलब उत्थे पब्लिक इंटरस्टड ही नहीं हैगी, पब्लिक ने वोटां च सो इंटरस्ट नहीं दिखाया, मतलब उत्थे डेमोक्रेसी दा घाण होया। डेमोक्रेसी की कहंदी आ, फॉर द पीपल बाय द पीपल, लोकां दा राज लोकां दे लई। सो उस हिसाब नाल जे आपां वोटां दा टर्नआउट देखिए जिहड़ा 7.58% सी लोएस्ट, तां उस हिसाब दे नाल डेमोक्रेसी दा टोटल घाण होया आ। उत्थों दे लोकां नूं पुछिया जाणा चाहीदा सी, ओह पुछिया नहीं गया, ते साडे वर्गे लोक सैलीब्रेशन कर रहे आ जिवें इंडिया ने बहुत वड्डी मल मार ली हुंदी आ। उम्मीद करदे आ कि इह बहुत वधिया डिसीजन साबित होवे, उम्मीद करदे आ कि इस दे नाल कश्मीर दे विच डेवलपमेंट होवे, उम्मीद करदे आ कि उत्थे भी एजुकेशन डेवलपमेंट होवे, इंप्लॉयमेंट जनरेट होवे, उत्थे दे लोक भी आम जिंदगी जी सकन। उम्मीद करदे आ कि उत्थे दे लोक इंडिया नूं अपना सकन, इंडियंस नूं अपना सकन, उहनां दे अंदर प्यार पैदा होवे। उम्मीद करदे आ कि जिहड़े 8 to 10 lakh लोक, 60,000 परिवार जिहड़े जिन्हां दे विच कश्मीरी पंडित ते सिख परिवार सीगे जिहड़े नूं मजबूर कर दिता गया सीगा कश्मीर छड्डण लई, उहनां दा मुड़ बसेरा होवे, उहनां दे भी हक ने उहनां दा उस उत्थे बसेरा होवे। उम्मीद करदे आ कि इह हिंदू राष्ट्रवाद वल दा पहला कदम ना होवे, पर जे आपां हिंदुत्वा दी आइडियोलॉजी, RSS दी आइडियोलॉजी लै के चलीए, उह भारत नूं इक हिंदू राष्ट्रवाद बनाउण वल इशारा करदी आ, तां इह बहुत ही खतरनाक स्टैप आ। क्यों? अज कश्मीर दी आ, कल पंजाब दी आ जाएगी, फिर बंगाल दी आ जाएगी, तो फिर साउथ इंडिया आ जाऊगा। साउथ इंडिया दे विच भी जिन्हां ने कदे भी हिंदी नूं भी अपनी भाषा नहीं मन्निया, साडा जो फैडरल स्ट्रक्चर आ, साडा जो है कि अड अड स्टेट, साडी कहंदे आ कि भिन्नतावां दे विच एकता आ, सारिआं दा कल्चर अलग आ, हरेक नूं अपना कल्चर बचाउण दा। मैनूं मेरी माँ बोली, असीं पंजाबी माँ बोली दी लड़ाई लड़दे हां कि साडी माँ बोली अलोप हो रही आ। हरेक नूं अपना कल्चर, अपनी बोली, अपनी जो विलक्खणता आ उहनूं संभाल के रखण दा, वो डाइवर्सिटी आ जिहड़ी आपां करदे आ ना, डाइवर्सिटी नूं संभाल के रखण दा हक आ। हरेक नूं जो ओह है, उहदी जो रियल आइडेंटिटी आ, उहदे अकॉर्डिंग जीण दा हक आ। ਕਿਤੇ ਇਹ ਨਾ ਹੋਵੇ ਕਿ ਸਾਡੀ ਉਹ ਆਇਡੈਂਟੀਟੀ ਖੋ ਲਈ ਜਾਵੇ, ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਅੱਜ ਉੱਥੇ ਹੋਇਆ ਤੇ ਕੱਲ ਨੂੰ ਸਾਡੇ ਘਰਾਂ ਦੇ ਉੱਤੇ ਵੀ ਅਟੈਕ ਹੋਵੇ, ਸਾਨੂੰ ਵੀ ਆਪਣੇ ਘਰਾਂ 'ਚ ਬੰਦੀ ਬਣਾਇਆ ਜਾਵੇ। ਸੋ ਉਮੀਦ ਕਰਦੇ ਹਾਂ ਕਿ ਇਹ ਚੰਗਾ ਸਟੈਪ ਹੋਵੇ। ਯੈਸ, ਅਨਡਾਊਟਡਲੀ ਕੌਨਸਟੀਟਿਊਸ਼ਨਲੀ ਇਟ ਇਜ਼ ਟੋਟਲੀ ਰੋਂਗ, ਠੀਕ ਆ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਾਰਟ ਪਲੇ ਕਰਦੇ ਹੋਏ, ਬੜੀ ਵਧੀਆ ਪਲੈਨਿੰਗ ਦੇ ਨਾਲ ਪਹਿਲਾਂ ਉੱਥੇ ਦੀ ਵਿਧਾਨ ਸਭਾ ਉੱਥੇ ਦੀ ਸੰਵਿਧਾਨਕ ਅਸੈਂਬਲੀ ਜਿਹੜੀ ਹੈਗੀ ਉਹਨੂੰ ਭੰਗ ਕੀਤਾ, ਸੰਵਿਧਾਨ ਸਭਾ ਨੂੰ ਭੰਗ ਕੀਤਾ, ਗਵਰਨਰ ਦਾ ਰੂਲ ਕੀਤਾ ਬੜੀ ਪਲੈਨਿੰਗ ਦੇ ਨਾਲ, ਪ੍ਰੈਜ਼ੀਡੈਂਟ ਨੂੰ ਨੋਟੀਫਿਕੇਸ਼ਨ ਜਾਰੀ ਕਰਾਤੀ, ਸਾਰਾ ਕੁਛ। ਤਾਂ ਓਬਵੀਅਸ ਜੀ ਗੱਲ ਆ, ਮਜੋਰਿਟੀ ਦੇ ਵਿੱਚ ਆ BJP, 35A ਖਤਮ ਕੀਤਾ ਤਾਂ ਕਿ ਹੁਣ ਲੋਕ ਵੀ ਉੱਥੇ ਜ਼ਮੀਨ ਖਰੀਦ ਸਕਦੇ ਨੇ, ਪਰ 35A ਫਿਰ ਇੱਥੇ 22 ਜਗ੍ਹਾ 'ਤੇ ਕੀਤਾ ਗਿਆ। 35A ਪੂਰੀ ਹਿਮਾਲੀਅਨ ਸਟੇਟਸ ਦੇ ਲਈ ਆ, ਉਹਦੇ ਵਿੱਚ ਹਿਮਾਚਲ ਅਤੇ ਬਾਕੀ ਹੋਰ ਜਿਹੜੀਆਂ ਹਿਮਾਲੀਅਨ ਸਟੇਟਸ ਆ ਉਹ ਵੀ ਆਉਂਦੀਆਂ ਨੇ, ਪਰ ਉਹਨਾਂ ਦੇ ਉੱਤੇ ਕਿਉਂ ਨਹੀਂ ਲਾਗੂ ਕੀਤਾ ਗਿਆ? ਫਿਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜੋ ਜਵਾਬ ਆ ਉਹ ਫਿਊਚਰ ਦੇ ਵਿੱਚ ਟਿਕਿਆ ਹੋਇਆ। ਉਮੀਦ ਕਰਦੇ ਹਾਂ ਕਿ ਇਹੋ ਜਿਹਾ ਕੁਛ ਨਾ ਹੋਵੇ, ਪਰ ਜੇ ਇਹੋ ਜਿਹਾ ਕੁਛ ਹੈ ਤਾਂ ਸਾਨੂੰ ਸਭ ਨੂੰ ਜਾਗਣਾ ਪਊਗਾ। ਹੁਣ ਵੀ ਉਮੀਦ ਕਰਦੀ ਹਾਂ ਕਿ ਅਸੀਂ ਰੈਦਰ ਦੈਨ ਮਜ਼ਾਕ ਉਡਾਉਣ ਦੇ, ਰੈਦਰ ਦੈਨ ਸੈਲੀਬ੍ਰੇਸ਼ਨ, ਰੈਦਰ ਦੈਨ ਕਮੈਂਟਿੰਗ ਕੀ ਹੋ ਰਿਹਾ ਕੀ ਨਹੀਂ, ਇਹ ਸੈਂਸਿਟਿਵ ਇਸ਼ੂ ਆ, ਆਪਾਂ ਉਮੀਦ ਕਰਦੇ ਹਾਂ ਕਿ ਉੱਥੇ ਲੋਕਾਂ ਦਾ ਰੋਇਟਸ ਨਾ ਹੋਣ, ਪੀਸ ਬਣੀ ਰਹੇ, ਅਤੇ ਨਾ ਸਾਡੇ ਫੌਜੀ ਜਵਾਨ ਮਾਰੇ ਜਾਣ ਅਤੇ ਨਾ ਹੀ ਕਸ਼ਮੀਰੀ ਲੋਕ ਮਾਰੇ ਜਾਣ, ਹਿਊਮੈਨਿਟੀ ਦਾ ਕਿਤੇ ਵੀ ਘਾਣ ਨਾ ਹੋਵੇ। ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਇਨਸਾਨੀਅਤ ਆ ਉਹ ਬਚੀ ਰਹੇ ਅਤੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ, ਅਤੇ ਭਾਰਤ ਇੱਕ ਨਿਰਪੱਖ ਦੇਸ਼ ਹੈ ਤਾਂ ਨਿਰਪੱਖ ਬਣਿਆ ਰਹੇ, ਹਿੰਦੂ ਰਾਸ਼ਟਰਵਾਦ ਵੱਲ ਨਾ ਜਾਵੇ। ਸੋ
ਆਪਣਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕਸ਼ਮੀਰੀਆਂ ਦੇ ਲਈ ਦਿਲ ਦੇ ਵਿੱਚ ਹਮਦਰਦੀ ਰੱਖੀਏ। ਬਹੁਤ ਕੁਛ ਸਿਹਾ ਆ ਉਹਨਾਂ ਨੇ, ਆਪਾਂ ਨੂੰ ਵੀ ਪਤਾ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਹੋਏ ਸੀ 84 ਤੋਂ ਬਾਅਦ ਆਲਮੋਸਟ ਇੱਕ ਡੈਕਡ 10 ਸਾਲ ਪੰਜਾਬ ਨੇ ਜਿਹੜਾ ਸੰਤਾਪ ਹੰਢਾਇਆ ਆ, ਉਹੋ ਜਿਹਾ ਸੰਤਾਪ ਕਸ਼ਮੀਰ ਰੈਗੂਲਰ ਹੰਢਾਉਂਦਾ ਆਇਆ ਆ, ਉੱਥੇ ਉਹੋ ਜਿਹਾ ਕੁਛ ਨਾ ਹੋਵੇ। ਉਮੀਦ ਕਰਦੇ ਹਾਂ ਕਿ ਇਹ ਇੱਕ ਰਾਈਟ ਡਾਇਰੈਕਸ਼ਨ ਦਾ ਸਟੈਪ ਹੋਵੇ। ਬਾਕੀ ਡਿਸੀਜ਼ਨ ਤੁਹਾਡਾ ਆ, ਮੈਂ ਆਈ ਐਮ ਨੋ ਬਡੀ, ਆਈ ਐਮ ਆ ਪੰਜਾਬੀ, ਮੇਰਾ ਕਸ਼ਮੀਰ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਇਸ ਲਈ ਮੈਨੂੰ ਕੋਈ ਹੱਕ ਨਹੀਂ ਗਾ ਕਿ ਮੈਂ ਕਸ਼ਮੀਰ ਦੇ ਉੱਤੇ ਆ ਕੇ ਆਪਣੇ ਵਿਚਾਰ ਦੇਵਾਂ ਜਾਂ ਮੈਂ ਇਹ ਬੋਲਾਂ ਕਿ ਇਹ ਸਹੀ ਆ ਜਾਂ ਗਲਤ ਆ। ਇਹ ਡਿਸੀਜ਼ਨ ਕਸ਼ਮੀਰੀ ਲੋਕਾਂ ਦਾ ਆ, ਕਿਉਂਕਿ ਉਹ ਕਸ਼ਮੀਰ ਦੇ ਨੇ। ਸੋ ਬਸ ਮੈਂ ਇੰਨਾ ਕੁਛ ਕਰ ਸਕਦੀ ਹਾਂ ਕਿ ਭਾਰਤੀ ਸਿਟੀਜ਼ਨ ਹੋਣ ਦੇ ਨਾਤੇ, ਸਿਟੀਜ਼ਨ ਆਫ ਇੰਡੀਆ ਹੋਣ ਦੇ ਨਾਤੇ, ਸਾਰੇ ਇੰਡੀਅਨਸ ਨੂੰ ਅਪੀਲ ਕਰਦੀ ਹਾਂ ਕਿ ਸੈਂਸਿਟਿਵ ਇਸ਼ੂ ਆ, ਮਜ਼ਾਕ ਉਡਾਉਣ ਦੀ ਜਗ੍ਹਾ 'ਤੇ ਆਪਾਂ ਕਸ਼ਮੀਰੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੀਏ। ਜਿਹੜੀ ਨਫ਼ਰਤ ਸਾਲਾਂ ਤੋਂ ਦੂਰ ਨਹੀਂ ਹੋਈ, ਉਹ ਨਫ਼ਰਤ ਨੂੰ ਦੂਰ ਕਰੀਏ, ਪਿਆਰ ਦਾ ਸੰਦੇਸ਼ ਫੈਲਾਈਏ, ਤਾਂ ਕਿ ਅਸੀਂ ਪਿਆਰ ਦੇ ਨਾਲ ਰਹਿ ਸਕੀਏ। ਵੈਸੇ ਵੀ ਅਸੀਂ ਵਰਲਡ ਸਿਟੀਜ਼ਨਸ਼ਿਪ ਦੀ ਗੱਲ ਕਰਦੇ ਹਾਂ, ਅਸੀਂ ਤਾਂ ਇੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਲੜੀ ਜਾਂਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਮੇਰੇ ਇਸ ਮੈਸੇਜ ਨੂੰ ਸਮਝੋਗੇ, ਅਤੇ ਮਜ਼ਾਕ ਉਡਾਉਣ ਦੀ ਜਗ੍ਹਾ 'ਤੇ, ਸੈਲੀਬ੍ਰੇਸ਼ਨ ਦੀ ਜਗ੍ਹਾ ਦੇ ਉੱਤੇ, ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਜਿਨ੍ਹਾਂ ਦੇ ਉੱਤੇ ਬੀਤ ਰਿਹਾ, ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੋਗੇ, ਜਿਨ੍ਹਾਂ ਨੇ 3 ਮਹੀਨਿਆਂ ਲਈ ਨਾ ਤਾਂ ਸਕੂਲ ਜਾਣਾ, ਪਤਾ ਨਹੀਂ ਉਹ ਸਕੂਲ ਕਦੋਂ ਜਾਣਗੇ, ਕੀ ਹਾਲਾਤ ਹੋਣਗੇ ਉਹਨਾਂ ਦੇ, ਕਮਿਊਨੀਕੇਸ਼ਨ ਸਾਰਾ ਉਹਨਾਂ ਦਾ ਬੰਦ ਹੋ ਗਿਆ, ਇੰਟਰਨੈਟ ਉਹਨਾਂ ਦਾ ਬੰਦ ਹੋ ਗਿਆ। ਆਪਣੀ ਜਨਰੇਸ਼ਨ ਆ, 1 ਮਿੰਟ ਇੰਟਰਨੈਟ ਆਪਣਾ 2 ਦਿਨ ਇੰਟਰਨੈਟ ਬੰਦ ਹੋਇਆ ਸੀ ਉਦੋਂ, ਜਦੋਂ ਸਿਰਸੇ ਵਾਲੇ ਬਾਬੇ ਵਾਲਾ ਕੰਮ ਸੀ, ਸਾਰਿਆਂ ਦਾ ਔਖਾ ਹੋ ਗਿਆ ਸੀ। ਤੁਸੀਂ ਸੋਚ ਕੇ ਦੇਖੋ ਉਹਨਾਂ ਨੇ ਕਿੰਨੀ ਦੇਰ ਇੰਟਰਨੈਟ ਤੋਂ ਬਿਨਾਂ ਕੀ ਹਾਲਾਤ ਹੋਣਗੇ ਉੱਥੇ, ਇੰਟਰਨੈਟ ਅਤੇ ਹੋਰ ਜਿਹੜੀਆਂ ਚੀਜ਼ਾਂ। ਸੋ ਉਮੀਦ ਕਰਦੇ ਹਾਂ ਕਿ ਜਲਦੀ ਉੱਥੇ ਨੋਰਮਲ ਲਾਈਫ ਬਹਾਲ ਹੋਵੇ, ਅਤੇ ਮਜ਼ਾਕ ਉਡਾਉਣ ਦੀ ਜਗ੍ਹਾ 'ਤੇ ਪਿਆਰ ਦੇ ਸੰਦੇਸ਼ ਫੈਲਾਓ, ਤਾਂ ਕਿ ਕਸ਼ਮੀਰੀਆਂ ਦੇ ਦਿਲ ਦੇ ਵਿੱਚ ਇਹ ਚੀਜ਼ ਨਾ ਲੱਗੇ ਕਿ ਸਾਨੂੰ ਗੁਲਾਮ ਬਣਾ ਲਿਆ ਗਿਆ ਆ। ਇਹਨੂੰ ਇੱਕ ਪੋਜ਼ਿਟਿਵ ਪਾਸੇ ਜਾਵੇ, ਨਾ ਕਿ ਉਹਨਾਂ ਦੇ ਅੰਦਰ ਹੋਰ ਨਫ਼ਰਤ ਪੈਦਾ ਹੋਵੇ ਅਤੇ ਉਹੋ ਜਿਹੇ ਰੋਇਟਸ ਪੈਦਾ ਹੋਣ। ਬਾਕੀ ਉਹਨਾਂ ਦਾ ਹੱਕ ਆ, ਉਹ ਸੁਪਰੀਮ ਕੋਰਟ ਤੱਕ ਜਾਣ, ਜੋ ਵੀ ਡਿਸੀਜ਼ਨ ਹੋਊਗਾ ਉਸ ਸੁਪਰੀਮ ਕੋਰਟ ਦਾ ਜਾਂ ਉੱਥੇ ਦੇ ਲੋਕਾਂ ਦਾ ਹੋਊਗਾ। ਆਈ ਐਮ ਨੋ ਬਡੀ ਐਂਡ ਯੂ ਗਾਇਜ਼, ਰੈਸਟ ਆਫ ਦੀ ਇੰਡੀਅਨ ਐਕਸੈਪਟ ਕਸ਼ਮੀਰੀਜ ਨੋ ਬਡੀ, ਕਿ ਆਪਾਂ ਉਸ ਚੀਜ਼ ਦੇ ਉੱਤੇ ਕਮੈਂਟ ਕਰੀਏ। ਯੈਸ, ਐਪਰੀਸ਼ੀਏਟ ਕਰਦੇ ਹਾਂ, ਲੱਦਾਖ ਦੇ ਲਈ ਬਹੁਤ ਵਧੀਆ ਡਿਸੀਜ਼ਨ ਆ, ਲੱਦਾਖੀਆਂ ਨੂੰ ਇਸ ਚੀਜ਼ ਲਈ ਵਧਾਈ ਵੀ ਮਿਲਦੀ ਹੈ ਕਿ ਠੀਕ ਆ, ਉਹ ਜਿਹੜੀ ਚੀਜ਼ ਦਾ ਡਿਮਾਂਡ ਇੰਨੇ ਸਾਲਾਂ ਤੋਂ ਕਰ ਰਹੇ ਸੀਗੇ, ਉਹ ਇੰਨੀ ਦੇਰ ਤੋਂ ਇਗਨੋਰ ਹੁੰਦੇ ਰਹੇ ਆ, ਉਹਨਾਂ ਨੂੰ ਉਹਨਾਂ ਦਾ ਹੱਕ ਮਿਲੂਗਾ। ਜੰਮੂ ਦੇ ਲਈ ਵੀ ਇਹ ਠੀਕ ਆ, ਬਸ ਇੱਕੋ ਵੈਲੀ ਵਾਲਾ ਏਰੀਆ ਆ ਜਿਹੜਾ ਸੈਂਸਿਟਿਵ ਆ। ਸੋ ਉਮੀਦ ਕਰਦੇ ਹਾਂ ਉੱਥੇ ਸ਼ਾਂਤੀ ਬਹਾਲ ਹੋਵੇ, ਕੁਛ ਗਲਤ ਬੋਲਿਆ ਗਿਆ ਹੋਵੇ ਮਾਫ਼ ਕਰਨਾ, ਅਤੇ ਅਗੇਨ ਹੀ ਅਪੀਲ ਆ, ਪਿਆਰ ਦਾ ਸੰਦੇਸ਼ ਫੈਲਾਓ। ਸਤਿ ਸ਼੍ਰੀ ਅਕਾਲ ਜੀ।